ਹਾਂਜੀ ਬਾਈ ਜੀ ਪ੍ਰੋਫੈਸਰ ਸ਼ਨਾਵਰ ਸਾਹਿਬ ਪੀਂਗਾ ਠੀਕਰਾਂ ਕਿਤੇ ਗੁਰਵਾਰ ਨਾ ਭਾਈਆਂ ਤੋਂ ਵਾਰ ਨੀ ਜਾਣ ਇਹ ਲਓ ਜੀ ਉਧਰਲੇ ਪਾਸੇ ਮਲਕੰਸ ਦੀ ਪਹਿਲੀ ਕਬੱਡੀ ਨੰਬਰ ਹੋ ਗਿਆ ਮਲਕ ਬਿਨਿਆਮੀਨ ਦੇ ਕਲੱਬ ਦਾ ਮਲਕ ਉਮਰ ਫਰੂਕ ਦੇ ਖਾਤੇ ਨੰਬਰ ਦਾ ਹੋਇਆ ਵਾਧਾ ਅਗਲੀ ਰੱਤੀਆਂ ਵਾਲੇ ਇੱਕ ਮੁੰਡਾ ਭੇਜੋ ਯਾਰ ਮਿਹਰਬਾਨੀ ਰੱਤੀਆਂ ਵਾਲਾ ਕੋਈ ਵੀ ਕੋਚ ਹੈਗਾ ਤੇ ਇੱਕ ਮੁੰਡਾ ਭੇਜੋ ਮੇਰੇ ਕੋ ਲਓ ਜੀ ਆਸ਼ਰ ਪਠਾਨ ਕਬੱਡੀ ਪਾਉਣ ਵਾਸਤੇ ਮੁੰਡਾ ਨਲਿਆ ਵਾਲੇ ਦਾ ਆਸ਼ਰ ਪਠਾਨ ਬੋਲਦਾ ਧਾਵਾ ਇਮਰਾਨ ਭਾਇਆ ਜੱਟ ਨੱਬੇ ਵਾਲਾ ਕਰਦਾ ਮਾਣ ਫਾਰੀ ਗੁੱਜਰ ਕਰਦਾ ਇਸ ਮੁੰਡੇ ਤੇ ਮਾਣ ਆਸ਼ਰ ਪਠਾਨ ਚੰਬੜਿਆ ਮਲਕ ਨਿਕਲ ਕੇ ਫੇਰ ਕਾਰੀ ਸਦਕੇ ਜਾਵਾ ਅਬੂ ਬਕਰ ਨਿਕਲਿਆ ਨਾਲ ਧਾਕ ਲਾਉਣ ਵਾਲੀ ਕਰਦਾ ਗੱਲ ਲਾ ਕੇ ਸੁੱਟਿਆ ਮੁੰਡੇ ਨੇ ਉਹ ਨੰਬਰ ਹੋ ਗਿਆ ਆਸ਼ਰ ਪਠਾਨ ਦਾ ਕਬੱਡੀ ਜੈਜ਼ਮ ਸਿੱਧੂ ਦੀ ਪਿੰਡ ਮੁੰਡੇ ਦਾ ਨਿਜ਼ਾਮਪੁਰ ਚੇਲਿਆਂ ਵਾਲਾ ਮੰਡੀ ਸਬਦਰਾਬਾਦ ਰੋਡ ਤੇ ਪਿੰਡ ਨਿਜ਼ਾਮਪੁਰ ਚੇਲਿਆਂ ਵਾਲਾ ਸ਼ਾਹਕੋਟੋ ਮੰਡੀ ਸਬਦਰਾਬਾਦ ਰੋਡ ਕਬੱਡੀ ਜੈਜ਼ਮ ਸਿੱਧੂ ਦੀ ਚੱਲ ਵਿਸ਼ੇਰਾ ਪਾ ਕਬੱਡੀ ਕੌਡੀ ਕੌਡੀ ਕਰਦਾ ਮੈਂ ਆ ਗਿਆ ਮੈਦਾਨ ਵਿੱਚ ਟੱਕ ਲੋ ਵੀ ਜੁਰਤ ਹੈ ਕਿ ਜਿਹੜੇ ਜਿਹੜੇ ਸਾਹ ਵਿੱਚ ਮਲਕ ਚੰਬੜਿਆ ਨਾਲ ਮਲਕ ਚੰਬੜਿਆ ਫਿਰ ਉਹ ਚੰਬੜ ਗਿਆ ਨਾਲ ਛੱਡ ਕੇ ਮੈਂ ਇਧਰ ਨਹੀਂ ਵੇਖਦਾ ਬਾਈ ਪਰ ਵੈਸੇ ਨਾਲੇ ਇਧਰ ਕੈਮਰੇ ਵਾਲਾ ਭਾਈ ਔਖਾ ਹੁੰਦਾ ਨਾਲੇ ਮੈਂ ਅਧਰਲੇ ਪਾਸੇ ਨੰਬਰ ਜੈਜ਼ਮ ਸਿੱਧੂ ਦਾ ਨੰਬਰ ਹੋ ਗਿਆ ਜੈਜ਼ਮ ਸਿੱਧੂ ਦਾ ਉਸਤਾਦ ਹਾਸ਼ਮ ਗੱਗੀ ਦੀ ਵਿਸਲ ਨੰਬਰ ਜੈਜ਼ਮ ਸਿੱਧੂ ਦਾ ਕਬੱਡੀ ਪਾਉਣ ਵਾਸਤੇ ਮੁੰਡਾ ਅਲੀ ਪੰਨੂ ਪਾਊਗਾ ਕਬੱਡੀ ਚੱਲ ਵੀ ਅਲੀ ਪੰਨੂ ਅਲੀ ਪੰਨੂ ਜੰਬੜਿਆ ਮੁੰਡਾ ਫਿਰ ਨਾਲ ਫਿਰ ਮਲਕ ਚੰਬੜ ਗਿਆ ਆ ਕੀ ਬਣ ਗਿਆ ਆ ਬਣ ਗਿਆ ਕੀ ਤਾੜੀ ਤੇ ਮਾਰੋ ਇੱਕ ਵਾਰੀ ਉਹ ਸਾਦ ਅਛੂ ਦਸੂਗਾ ਲਕੀਰ ਹੀ ਐਬਟਾਬਾਦ ਲੱਗੀ ਆ ਕਹਿੰਦੇ ਲਕੀਰ ਹੀ ਬਹੁਤ ਦੂਰ ਆ ਹਜੇ ਉਹ ਕੀ ਬਣ ਗਿਆ ਤੇ ਕੱਟੇ 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 ਕਰਦੀ ਘੜੀ ਸਮਾਂ ਬੀਤ ਗਿਆ ਸਮਾਂ ਨੰਬਰ 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 ਜਾਫੀ ਦਾ ਨੰਬਰ ਜਾਫੀ ਦਾ ਨੰਬਰ ਜਾਫੀ ਦਾ ਥੋੜੇ ਥੋੜੇ ਪਿੱਛੇ ਹੋ ਜਾਣਗੇ
ਤੇ ਕੰਮ ਵਧੀਆ ਹੋ ਜਾਣਾ। ਮੈਨੂੰ ਨੀ ਲੱਗਦਾ ਕਿ ਕੈਮਰੇ ਚ ਜੱਫਾ ਗਿਆ ਵਾਵਾ ਆ ਵੀ ਗਈ ਹੋਣੀ ਆ। ਏਦਾਂ ਹੀ ਆ ਭਾਈ ਸਿਕੰਦਰ, ਇਸੇ ਦੇ ਰਹੀ ਆ ਭਾਈ। ਬੰਦੇ ਕਮੇਟੀ ਵਾਲਿਆਂ ਨੂੰ ਚਾਹੀਦਾ ਸਿਰਫ ਪਿੱਛੇ ਕਰ ਲੈਣ ਭਾਈ ਅਸੀਮ ਚੱਠੇ, ਜਿੱਡਾ ਮੈਚ ਵਧੀਆ ਬੰਦੇ ਪਿੱਛੇ ਹੋ ਗਏ ਤੇ ਕੰਮ ਵਧੀਆ ਹੋ ਜਾਣਾ ਯਾਰ। ਮੋਟਰਸਾਈਕਲਾਂ ਭਾਈ ਪਿੱਛੇ ਕਰ ਲਓ, ਜੇ ਤੁਹਾਡੀ ਮੋਟਰਸਾਈਕਲ ਤੇ ਕਿਸੇ ਨੇ ਹੱਥ ਵੀ ਰੱਖ ਦਿੱਤਾ ਨਾ, ਤੁਸੀਂ ਕਹਿਣਾ ਅੱਜ ਕਿਸ਼ਤਾਂ ਦੇ ਲਈ ਸੀ ਤੁਸੀਂ ਲੇਵੇਟ ਤੇ। ਲਓ ਉਧਰਲੇ ਪਾਸੇ ਫਿਰ ਕਬੱਡੀ ਪੈਂਦੀ ਆ। ਲਓ ਕਬੱਡੀ ਭਾ ਰਿਹਾ ਮੁੰਡਾ, ਹੋ ਬਲਕਾ ਦਾ ਮੁੰਡਾ, ਉਹ ਜਾਫੀ ਵੀ ਬੜਾ ਟੁੱਟ ਪੈਣਾ, ਉਹ ਲੱਗ ਭਰ ਕੇ ਲਾਗੇ ਰੱਖ ਲੈਂਦਾ ਆ। ਉਹ ਨੰਬਰ ਰਬਾਬ ਸਿਆਲ ਨੇ ਨੰਬਰ ਦਾ ਕੀਤਾ ਵਾਧਾ। ਕਬੱਡੀ ਪਾਉਣ ਵਾਸਤੇ ਆਸ਼ਰ ਪਠਾਨ, ਪਿੰਡ 168 ਸੀਰੇ ਬੇਨਲਿਆਂ ਵਾਲਾ, ਚੱਕ ਝੁੰਬਰੇ ਵਾਲਾ ਮੁੰਡਾ ਕਬੱਡੀ ਪਾ ਰਿਹਾ। ਆਜ਼ਾਦ ਕਬੱਡੀ ਕਲੱਬ ਵਾਲਾ ਭਾਇਆ ਜੱਟ ਮੁੰਡੇ ਤੇ ਕਰਦਾ ਮਾਣ, ਹਰ ਜਗ੍ਹਾ ਤੇ ਮੁੰਡਾ ਲੈ ਕੇ ਜਾਂਦਾ ਭਾਇਆ ਜੱਟ। ਸਦਕੇ ਜਾਵਾਂ ਉਸਤਾਦ ਫਾਰੀ ਗੁੱਜਰ, 80 ਵਾਲੇ ਮੈਚ ਤੇ ਮੁੰਡੇ ਨੇ ਪਰਸੋਂ ਕਰਾਈ ਧੰਨ ਧੰਨ। ਸਦਕੇ ਜਾਵਾਂ ਨੰਬਰ ਆਸ਼ਰ ਪਠਾਨ ਦਾ, ਨੰਬਰ ਆਸ਼ਰ ਪਠਾਨ ਦਾ। ਕਬੱਡੀ ਪਾਏਗਾ ਮਲਕ ਅਨਸ, ਮਲਕ ਅਬੂ ਬਕਰ ਦਾ ਛੋਟਾ, ਅਮਲਕ ਅਮਾਨੁੱਲਾ ਦਾ ਛੋਟਾ ਵੀਰ। ਸਦਕੇ ਨੰਬਰ ਵੇਖ ਜ਼ਰਾ ਮਲਕ ਅਨਸ ਦੇ ਖਾਤੇ, ਨੰਬਰ ਹੋ ਗਿਆ। ਨੈਸ਼ਨਲ ਚੈਂਪੀਅਨਸ਼ਿਪ ਦਾ ਹਿੱਸਾ ਰਿਹਾ 2024 ਦਾ। ਲਓ ਮੁੰਡਾ ਜੀ ਇਸ ਟਾਈਮ ਕਬੱਡੀ ਪਾਉਣ ਵਾਸਤੇ ਪੰਨੂ ਫੇਰ ਖੇਡ ਮੈਦਾਨ ਦੇ ਵਿੱਚ, ਇਸ ਵੇਲੇ ਬੋਲਦਾ ਹਤਾਵਾ, ਇਸ ਟਾਈਮ ਕਹਿੰਦੇ ਅਲੀ ਪੰਨੂ। ਲਓ ਮੁੰਡਾ ਇਧਰਲੇ ਪਾਸੇ ਡਬਲ ਟੱਚ ਦੀ ਕਰਦਾ ਮੰਗ, ਲੇਕਿਨ ਸਾਦ ਅਛੂ ਦੱਸੂਗਾ ਨੰਬਰ ਡਬਲ ਟੱਚ ਆ, ਨੰਬਰ ਹੋ ਗਿਆ ਡਬਲ ਟੱਚ। ਲਓ ਰਿਵਿਊ ਲਿਆ ਗਿਆ ਫੇਰ ਕਰੇ ਪ੍ਰੋਫੈਸਰ ਸ਼ਨਾਵਰ ਦੀ ਵਿਸਲ। ਲਓ ਜੈਸਮ ਸਿੱਧੂ ਮੁਸ਼ਕਾ ਜਾਂ ਰੰਗ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ, ਚੌਵਾਂ ਜਾਫੀਆਂ ਦੇ ਵਿੱਚੋਂ ਕਿਹੜਾ ਮੁੰਡਾ ਡੱਕਦਾ, ਇੱਕ ਤੋਂ ਇੱਕ ਵੱਧ ਤਰੱਕੜ ਜਾਫੀ ਹੈ। ਲਓ ਨੀਲੇ ਰੰਗ ਦੀ ਪਾਏ ਹੋਏ ਨਿੱਕਰ ਮੁੰਡਾ, ਉਮਰੀ ਮੁਰੇ ਹੋਇਆ ਮੀਆਂ ਉਮਰ ਹੋਇਆ ਮੁਰੇ ਮੀਆਂ ਉਮਰ, ਉਹ ਕਦੇ ਕੈਂਚੀ ਮਾਰਦਾ, ਉਹ ਕਦੇ ਬਾਪ ਰੱਖਦਾ ਧੌਣ ਤੇ, ਉਹ ਕਦੇ ਲੱਕ, ਉਹ ਕਦੇ ਬਿਸਤਰਾ, ਲੇਕਿਨ ਨਹੀਂ ਨਹੀਂ ਗੱਲ ਬਣਦੀ। ਨੰਬਰ ਹੋ ਗਿਆ ਜੀ ਜੈਸਮ ਸਿੱਧੂ ਦਾ। ਲਓ ਕਬੱਡੀ ਪਾਉਣ ਵਾਸਤੇ ਅੱਲਾ ਦਿੱਤਾ ਕਸਾਈ, ਉਹ ਕਸਾਈਆਂ ਦਾ ਪੁੱਤ ਕਬੱਡੀ ਪਾਉਣ ਵਾਸਤੇ ਉਹ ਤਿਆਰ ਬਲ ਤਿਆਰ ਹੈ। ਇਧਰਲੇ ਪਾਸੇ ਉਹ ਮੁੰਡਾ ਮਲਕਾਂ ਦਾ, ਉਹ ਨਿਕਲ ਕੇ ਲੱਗਿਆ ਨਾਲ, ਲੇਕਿਨ ਪਾਣੀ ਡੋਲ ਗਈ ਝਾਜਰਾਂ ਵਾਲੀ, ਉਹ ਕੈਂਠੇ ਵਾਲਾ ਤਿਲਕ ਗਿਆ, ਕੈਂਠੇ ਵਾਲਾ ਤਿਲਕਦਾ ਪਿਆ ਆ। ਲਓ ਕਬੱਡੀ ਪਾ ਰਿਹਾ ਫਿਰ ਮੁੰਡਾ ਉਧਰਲੇ ਪਾਸੇ, ਉਹ ਕਬੱਡੀ 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 ਕਰਦਾ ਸ਼ਹਿਜ਼ਾਦ ਸ਼ਾਹ, ਸ਼ਹਿਜ਼ਾਦ ਸ਼ਾਹ। ਸਦਕੇ ਨੰਬਰ ਹੋਇਆ ਰੇਡਰ ਦਾ, ਨੰਬਰ ਰੇਡਰ ਦਾ ਜੀ। ਕਬੱਡੀ ਪਾਉਣ ਵਾਸਤੇ ਫਿਰ ਆ ਗਿਆ ਕਾਸ਼ੀ ਪਠਾਨ ਦਾ ਛੋਟਾ ਵੀਰਾ, ਯੂਕੇ ਵਾਲੇ ਕਾਸ਼ੀ ਪਠਾਨ ਦਾ ਵੀਰ ਆਸ਼ਰ ਪਠਾਨ ਬੋਲਦਾ ਧਾਵਾ, ਚੱਲ ਵੀ ਸ਼ੇਰਾ ਪਾ ਕਬੱਡੀ। ਆਸ਼ਰ ਖਾਨ ਪਠਾਨ 188 ਰੇਬੇ ਨਲਿਆਂ ਵਾਲਾ ਕਬੱਡੀ ਕਬੱਡੀ ਕਰਦਾ ਪਿਆ ਮੈਦਾਨੇ, ਉਸਤਾਦ ਯਾਸੀਨ ਪਠਾਣੇ, ਉਸਤਾਦ ਅਸਲਮ ਪਠਾਣੇ ਦਾ ਪੇਂਡੂ ਕਬੱਡੀ ਕਬੱਡੀ ਆ ਕੀ ਬਣ ਗਿਆ। ਉਹ ਮਲਕ ਮੁਰੇ ਨਿਕਲਿਆ ਫੇਰ ਇੱਕ ਵਾਰੀ, ਖਿਲਾਰ ਦਾ ਬਾਹਾਂ ਨੇ ਕਿ ਨਹੀਂ ਇਧਰਲੇ ਪਾਸੇ ਨੰਬਰ ਤੇ ਆਸ਼ਰ ਖਾਨ ਪਠਾਨ ਦਾ। ਕਬੱਡੀ ਪਾਉਣ ਵਾਸਤੇ ਮਲਕ ਅਨਸ, ਚੱਲ ਵੀ ਮਲਕਾ ਪਾ ਕਬੱਡੀ, ਇਧਰਲੇ ਪਾਸੇ ਕਬੱਡੀ ਹੈ, ਅੱਗੇ ਖੜਾ ਜੱਟ, ਉਹ ਬੇਰ ਗਿਆ ਅਰਬਾ ਸਿਆਲ, ਉਹ ਸਿਆਲ ਹੈ, ਉਹ ਸਿਆਲ ਧੌਲਾ ਮਾਰਦਾ ਅਬਾਜ ਮਹਾਰਾਜ ਬੋਲਿਆ ਲਿਆ ਸਿਆਣ। ਸਦਕੇ ਸਦਕੇ ਉਹ ਨੰਬਰ ਮਲਕੰਸ ਦਾ, ਸਦਕੇ ਜੱਟ ਤਾੜੀ ਮਾਰੋ ਮਲਕ ਲਈ ਇੱਕ ਵਾਰੀ, ਉਹ ਤਾੜੀਆਂ ਮਾਰ ਦਿਓ, ਮੈਚ ਉੱਠ ਗਿਆ ਬਾਈ ਇਹਦੀ ਰੇਡ ਤੇ। ਇਧਰੋਂ ਕਬੱਡੀ ਅਲੀ ਪੰਨੂ ਦੀ, ਚੱਲ ਵੀ ਅਲੀ ਪੰਨੂ ਫਿਰ ਬੋਲਦਾ ਧਾਵਾ, ਅੱਗੇ ਚਾਰ ਮਲਕਾਂ ਦੇ ਪੁੱਤ ਖੜੇ ਆ, 102 ਰੇਬੇ ਬੁੱਢਾ ਜੱਗ ਮਲਕ ਬਿਨਿਆਮੀਨ ਅਕੈਡਮੀ ਦੇ ਹੀਰੇ, ਹਿੰਦ ਸਿੰਧ ਯੂਕੇ ਕਨੇਡਾ, ਅੱਜ ਕੱਲ ਮਲਕ ਬਿਨਿਆਮੀਨ ਦੀ ਦੁਨੀਆ, ਉਹ ਪੂਰੀ ਫੈਨ ਸਨੈਪਚੈਟ ਤੇ, ਉਹ ਟਿਕਟੋਕ ਤੇ, ਉਹ ਦੁਨੀਆ
ਸੋਸ਼ਲ ਮੀਡੀਆ ਤੇ ਦੁਨੀਆ ਮੀਂ ਦੀ ਵੱਧ ਫੈਨ ਆ ਇਧਰਲੇ ਪਾਸੇ ਉਹ ਨੰਬਰ ਅਲੀ ਪੰਨੂ ਦਾ ਨੰਬਰ ਅਲੀ ਪੰਨੂ ਦਾ ਸਾਦ ਅਛੂ ਦੀ ਵਿਸਲਦਾ ਕਿ ਨੰਬਰ ਪੰਨੂ ਦਾ ਲੋ ਕਬੱਡੀ ਜਾਸਮ ਸਿੱਧੂ ਦੀ ਕਬੱਡੀ ਪਾਉਂਦਾ ਪਿਆ ਖੇਡ ਮੈਦਾਨ ਦੇ ਵਿੱਚ ਚੱਲ ਵੀ ਸੋਹਣਿਆ ਕਿ ਸੱਜਣਾ ਜੇ ਤੂੰ ਹਾਸੇ ਦਿੱਤੇ ਉਹ ਦੁੱਖ ਵੀ ਚੰਗੇ ਖਾਸੇ ਦਿੱਤੇ ਉਹ ਲੋਕਾਂ ਨੇ ਤੇ ਬਸ ਗੱਲ ਹੀ ਕੀਤੀ ਉਹ ਤੂੰ ਤੇ ਖੋਲ ਖਲਾਸੇ ਦਿੱਤੇ ਉਹ ਖੋਲ ਖਲਾਸੇ ਅਰਫਾਨ ਪਠਾਨ ਚੰਬੜਿਆ ਨਾਲ ਉਹ ਕਹਿੰਦਾ ਮੈਂ ਤੇ ਮਾਈਆ ਅੱਜ ਮਿਲਦੇ ਉਹ ਜਿਵੇਂ ਟਿੱਚ ਵੱਜਣਾ ਦੀ ਜੋੜੀ ਤਾੜੀ ਮਾਰ ਦਿਓ ਉਹ ਤਾੜੀ ਮਾਰੋ ਕਬੱਡੀ ਜਿਹਨੂੰ ਜਿਹਨੂੰ ਚੰਗੀ ਲੱਗੀ ਉਹ ਮਾਰੇ ਤਾੜੀ ਦੂਜੇ ਬੰਦੇ ਨੂੰ ਗਾਣਾ ਪਾ ਇਹ ਵੀ ਮੁੰਡਾ ਨੜਿਆਲੇ ਤੋਂ ਆ ਜਿਹੜੇ ਮੁੰਡੇ ਨੇ ਜਫਾ ਲਾਇਆ ਅਰਫਾਨ ਪਠਾਨ ਲੋ ਕਬੱਡੀ ਪਾ ਰਿਹਾ ਮੁੰਡਾ ਇਧਰਲੇ ਪਾਸੇ ਅੱਲਾ ਦਿੱਤਾ ਕਸਾਈ ਉਹ ਅਲੀ ਕਸਾਈ 40 ਵਾਲੇ ਵਾਂਗੂ ਪਾਉਂਦਾ ਹੋਇਆ ਰੇਡ ਚੱਲ ਵੀ ਕਬੱਡੀ ਕਬੱਡੀ ਅੱਲਾ ਦਿੱਤਾ ਕਸਾਈ ਉਹ ਇਧਰਲੇ ਪਾਸੇ 4 ਉਹ ਟੱਚ ਮਾਰਿਆ 2 ਨੰਬਰ ਵਾਲੇ ਮੁੰਡੇ ਨੂੰ ਲੇਕਿਨ ਨੰਬਰ ਹੋਇਆ ਇਸ ਟਾਈਮ ਰੇਡਰ ਦੇ ਖਾਤੇ ਨੰਬਰ ਅੱਲਾ ਦਿੱਤੇ ਦਾ ਲੋ ਕਬੱਡੀ ਪਾਉਣ ਵਾਸਤੇ ਮੁੰਡਾ ਫੇਰ ਕਰੇ ਮਲਕਰਸ ਭਰਾ ਜੇ ਇੱਕ ਮੁੰਡਾ ਆਜੂਗਾ 2 ਮਿੰਟ ਲਈ ਬਹੁਤ ਵਧੀਆ ਹੋ ਜਾਊਗਾ ਲੋ ਮਸਲ ਸਿਕੰਦਰ ਲੋ ਕਬੱਡੀ ਫਿਰ ਮੈਦਾਨ ਦੇ ਵਿੱਚ ਇਧਰਲੇ ਪਾਸੇ ਮੁੰਡਾ ਉਹ ਚੰਬੜਿਆ ਨਿਕਲ ਕੇ ਫਿਰ ਆਓ ਕਿਹੜਾ ਮੁੰਡਾ ਆ ਇਹਦੇ ਨਾਂ ਦੀਆਂ ਤਾੜੀਆਂ ਵੱਜਦੀਆਂ ਨੀਆਂ ਉਮਰ ਲੱਗਿਆ ਨੰਬਰ ਹੋਇਆ ਰੇਡਰ ਦਾ ਲੋ ਕਬੱਡੀ ਪਾਉਣ ਵਾਸਤੇ ਇਸ ਟਾਈਮ ਫਿਰ ਆਸ਼ਰ ਖਾਨ ਪਠਾਨ ਕਾਸ਼ੀ ਪਠਾਨ ਯੂਕੇ ਵਾਲੇ ਦਾ ਛੋਟਾ ਵੀਰ ਹੈ ਕਬੱਡੀ ਦੀ ਗੁੱਡੀ ਚੜਾਈ ਪੂਰੀ ਅੰਬਰੇ ਇਸ ਟਾਈਮ ਸ਼ਿਖਰਾਂ ਤੇ ਬੋਲਦੀ ਜਵਾਨੀ ਜੱਟ ਦੇ ਅੜਬ ਸੁਭਾਅ ਹੈ ਨਿਸ਼ਾਨੀ ਜੱਟ ਦੇ ਐਵੇਂ ਤਾਰੀ ਦੁਨੀਆ ਦੀਵਾਨੀ ਜੱਟ ਦੇ ਇਧਰਲੇ ਪਾਸੇ ਉਹ ਚਿੰਬੜਿਆ ਫਿਰ ਉਹ ਕਹਿੰਦਾ ਰੱਖ ਪੁੱਠੀਆਂ ਸਿੱਧੀਆਂ ਸਾਂਭ ਕੇ ਉਹ ਮੈਨੂੰ ਮੇਰੇ ਉਸਤਾਦ ਦਾ ਮਾਣ ਆ ਹਰ ਪਾਸੇ ਧੰਨ ਧੰਨ ਕਰਾਉਂਦਾ ਆ ਲਓ ਭਰਾ ਫਿਰ ਇਧਰਲੇ ਪਾਸੇ ਮਲਕਨਸ ਮਲਕਨਸ ਮੀਆਂ ਉਮਰ ਉਹ ਮੀਆਂ ਉਮਰ ਉਹ ਮੀਆਂ ਉਮਰ ਬੰਦੇ ਵਿੱਚ ਨਾ ਜਾਣ ਬਈ ਜਿਹਨੇ ਨਾਮ ਦੇਣਾ ਬਾਹਰ ਸੱਦ ਲਵੇ ਇਧਰਲੇ ਪਾਸੇ ਮੀਆਂ ਉਮਰ ਨਹੀਂ ਲੇਕਿਨ ਨੰਬਰ ਨੰਬਰ ਅਨਸ ਦਾ ਨੰਬਰ ਮਲਕਨਸ ਦਾ ਨੰਬਰ ਹੋਇਆ ਮਲਕਨਸ ਦਾ ਅਲੀ ਪੰਨੂ ਚੱਲ ਵੀ ਅਲੀ ਪੰਨੂ ਬੋਲਦਾ ਧਾਵਾ ਚੱਲ ਵੀ ਆ ਗਿਆ ਫਿਰ ਮੈਦਾਨ ਦੇ ਵਿੱਚ ਖੇਡਾਂ ਵਿੱਚ ਉੱਚੀ ਹੈ ਬਸਾਦ ਕਬੱਡੀ ਦੀ ਲੱਭੀ ਸਾਨੂੰ ਲਹੂ ਵਿੱਚੋਂ ਸੁਗਾਤ ਕਬੱਡੀ ਦੀ ਆੜ ਫਾਸ ਵਾਲਾ ਮੈਚ ਹੋਵੇ ਤਾਂ ਲੋਕੀ ਕਹਿੰਦੇ ਆ ਸਫਦਰ ਮੂੰਹੋਂ ਫਾ ਵਧੀਆ ਗੱਲਬਾਤ ਕਬੱਡੀ ਦੀ ਨੰਬਰ ਹੋਇਆ ਜੈਸਮ ਰੇਡਰ ਦੇ ਖਾਤੇ ਨੰਬਰ ਅਲੀ ਪੰਨੂ ਦਾ ਕਬੱਡੀ ਜੈਸਮ ਸਿੱਧੂ ਦੀ ਚੱਲ ਬਈ ਆਦਾ ਫੇਰ ਆ ਗਿਆ ਮੈਦਾਨ ਦੇ ਵਿੱਚ ਇਧਰਲੇ ਪਾਸੇ ਗੁੱਦਵਾ ਇੱਕ ਸਰੀਰ ਭਾਰੀ ਭਰਦਮ ਜੁਸਾ ਇੱਕ ਇੱਕ ਪਾਟੇ ਦਾ ਸਵਾ ਸਵਾ ਮੰਨਦਾ ਅੱਖਾਂ ਵਿੱਚ ਅੱਖਾਂ ਪਾ ਕੇ ਹਿੱਕ ਜਦੋਂ ਤਣਦਾ ਅਰਬਾਬ ਸਿਆਣ ਸੱਜ ਕੇ ਜਾਵਾਂ ਅਰਬਾਬ ਸਿਆਣ ਅਰਬਾਬ ਸਿਆਣ ਸੱਜ ਕੇ ਜਾਵਾਂ ਚੰਬੜਦਾ ਨਾਲ ਫੇਰ ਦੋਨੇ ਟੱਕਰ ਭਾਰੀ ਸੀ ਟੱਕਰ ਇੱਕੋ ਜਿਹੀ ਸੀ ਨੰਬਰ ਹੋਇਆ ਰੇਡਰ ਦਾ ਕਬੱਡੀ ਪਾਉਣ ਵਾਸਤੇ ਅੱਲਾ ਦਿੱਤਾ ਕਸਾਈ ਚੱਲ ਵੀ ਕਸਾਈਆ ਪਾ ਕਬੱਡੀ ਕਸਾਈ ਦੀ ਪੈਂਦੀ ਰੇਡ ਮੈਦਾਨ ਦੇ ਵਿੱਚ ਮਲਕਾਂ ਦੇ 4 ਪੁੱਤ ਖੜੇ ਆ ਸਾਹਮਣੇ ਵੇਖ ਇਧਰਲੇ ਪਾਸੇ ਕਿਹੜੇ ਮੁੰਡੇ ਨੂੰ ਟੱਚ ਮਾਰਦਾ 1 2 3 ਅਸੀਂ ਹਾਂ ਭਰਾ 4 ਉਹ ਜਿਹਨੂੰ ਤੇਰਾ ਦਿਲ ਟੱਚ ਉਸ ਨੂੰ ਮਾਰ ਲਓ ਨੰਬਰ ਆ ਸਵੇ ਭਾਈ ਜੀ ਮੁੰਡਾ ਤਾਂ ਫੇਰ ਇਸ ਟਾਈਮ ਸ਼ਾਹਕੋਟ ਵੀ ਲੰਘ ਗਿਆ ਨੰਬਰ ਰੇਡਰ ਦਾ ਅੱਲਾ ਦਿੱਤੇ ਕਸਾਈ ਦਾ ਕਬੱਡੀ ਪਾਉਣ ਵਾਸਤੇ ਚੱਲ ਵਿਸ਼ੇਰਾ ਪਾ ਕਬੱਡੀ ਮਸਬ ਸਿਕੰਦਰ ਸੱਜ ਕੇ ਜਾਵਾ ਮਸਬ ਦੀ ਪੈਂਦੀ ਰੇਡ ਕਬੱਡੀ ਪਾਉਂਦਾ ਪਿਆ ਮੈਦਾਨ ਦੇ ਵਿੱਚ ਇਧਰਲੇ ਪਾਸੇ ਕਿ ਕਹਿੰਦਾ ਮੇਰਾ ਸਾਹ ਸਫਦਰ ਕਹਿੰਦਾ ਤਾਂ ਕਿ ਟਿੱਬਾ ਟੋਇਆ ਇੱਕ ਬਰਾਬਰ ਕੱਢਿਆ ਪੋਇਆ ਇੱਕ ਬਰਾਬਰ ਕਸਮੇ ਸੁਣ ਕੇ ਨੀਂਦਰ ਉੱਡ ਗਈ ਸੁੱਤਾ ਪੋਇਆ ਇੱਕ ਬਰਾਬਰ ਮਾੜੇ ਘਰ ਨੂੰ ਬੂਹਾ ਕਾਹਦਾ
ਖੁੱਲਾ ਢੋਇਆ ਇੱਕ ਬਰਾਬਰ ਤੇ ਯਾਰ ਕਲੀਮਾ ਜੋਗੀ ਅੱਗੇ ਸੱਪ ਕਢੋਇਆ ਇੱਕ ਬਰਾਬਰ ਕਬੱਡੀ ਪਾਉਣ ਵਾਸਤੇ ਆਸ਼ਰ ਖਾਨ ਪਠਾਨ ਕਾਸ਼ੀ ਪਠਾਨ ਦਾ ਛੋਟਾ ਵੀਰਾ ਅਸਲਮ ਪਠਾਣੇ ਦਾ ਭਤੀਜਾ ਮੁੰਡਾ ਕਬੱਡੀ ਭਾਰਿਆ ਇਧਰਲੇ ਪਾਸੇ ਆਸ਼ਰ ਪਠਾਨ ਦੀ ਕਬੱਡੀ ਆ ਅੱਜ ਦੇ ਦੂਸਰੇ ਸੈਮੀ ਫਾਈਨਲ ਦਾ ਰਿਸਿਆਣਾ ਰੇਡਰ ਕਬੱਡੀ ਕਬੱਡੀ ਦੋ ਨੰਬਰ ਤੋਂ ਛੋਟਾ ਮੱਛੋ ਦੋ ਨੰਬਰ ਦਾ ਬੰਦਾ ਵੀ ਮਾੜਾ ਤੇ ਧੰਦਾ ਵੀ ਮਾੜਾ ਵੇ ਮੁੰਡੇ ਨੇ ਕੱਟ ਕਰਾਈ ਲਾ ਕੇ ਸੁੱਟਿਆ ਬਾਹਰ ਜਿਵੇਂ ਪਠਾਨ ਟਰੱਕ ਤੋਂ ਬਕਸਾ ਲਾ ਕੇ ਸੁੱਟਦਾ ਨੰਬਰ ਹੋਇਆ ਜੀ ਰਜਿਸਟਰ ਪਠਾਨ ਦਾ ਕਬੱਡੀ ਪਾਉਣ ਵਾਸਤੇ ਮਲਕ ਅਨਸ ਚੱਲ ਵੀ ਸ਼ੇਰਾ ਪਾ ਕਬੱਡੀ ਇਧਰਲੇ ਪਾਸੇ ਫਿਰ ਕਬੱਡੀ ਪਾਉਂਦਾ ਪਿਆ ਮੁੰਡਾ ਕਹਿੰਦਾ ਇਧਰਲੇ ਪਾਸੇ ਕਹਿੰਦਾ ਉਹ ਕਹਿੰਦਾ ਸੱਪ ਸੱਪ ਹੁੰਦੇ ਇਹਨਾਂ ਲੜਨਾ ਹੀ ਲੜਨਾ ਉਹ ਪੈਰ ਆਪਣੇ ਸੰਭਾਲ ਕੇ ਰੱਖੀਏ ਜੇ ਹੋਵੇ ਨੀਤਾਂ ਦਾ ਭਾਂਡਾ ਰੋਜ਼ ਹੰਘਾਲ ਕੇ ਰੱਖੀਏ ਅੱਜ ਕਿਸੇ ਤੇ ਵਿਸਣਾ ਮੁਨਾਸਬ ਨਹੀਂ ਲੱਗੀ ਆਪਣੀ ਬਾਲ ਕੇ ਰੱਖੀਏ ਤੇ ਜੇ ਇਧਰਲੇ ਪਾਸੇ ਭਾਈ ਅਸੀਮ ਚੱਠਾ ਸਾਹਿਬ ਉਹ ਕਹਿੰਦੇ ਬਦ ਨਸਲੇ ਸੱਜਣ ਤੋਂ ਬਿਹਤਰ ਏ ਕੁੱਤਾ ਨਸਲੀ ਪਾਲ ਕੇ ਰੱਖੀਏ ਲੋ ਕਬੱਡੀ ਇਧਰਲੇ ਪਾਸੇ ਅਲੀ ਪੰਨੂ ਨੇ ਘਰ ਨੂੰ ਮੁੜਨ ਵਾਲੀ ਗੱਲ ਕੀਤੀ ਗੱਲ ਨੰਬਰ ਹੋ ਗਿਆ ਅਲੀ ਪੰਨੂ ਦਾ ਨੰਬਰ ਅਲੀ ਪੰਨੂ ਦਾ ਅਗਲੀ ਕਬੱਡੀ ਪਾਉਣ ਵਾਸਤੇ ਜੈਸਮ ਸਿੱਧੂ ਚੱਲ ਵੀ ਸੋਹਣਿਆ ਪਾ ਕਬੱਡੀ ਸ਼ੇਰਾ ਮੈਦਾਨ ਦੇ ਵਿੱਚ ਕਹਿੰਦਾ ਕੈ ਸਿਖਰਾਂ ਇਧਰਲੇ ਪਾਸੇ ਕਬੱਡੀ ਪਾ ਰਿਹਾ ਕਹਿੰਦਾ ਜ਼ਿੱਦ ਕਰਦਾ ਏ ਨਾ ਨਹੀਂ ਸੁਣਦਾ ਸੋਹਣਾ ਏ ਨਾ ਉਹ ਤਾਂ ਨਹੀਂ ਸੁਣਦਾ ਤੇ ਜੇ ਮੈਂ ਦਿਲ ਦਾ ਹਾਲ ਸੁਣਾਵਾਂ ਦੋ ਲਫ਼ਜ਼ਾਂ ਤੋਂ ਗਾਹ ਨਹੀਂ ਸੁਣਦਾ ਜੈਸਮ ਸਿੱਧੂ ਨੰਬਰ ਦਾ ਕਰ ਗਿਆ ਵਾਧਾ ਚੌੜੀ ਮੁਬਾਰਕ ਜੱਟ 88 ਵਾਲੇ ਉਹਨਾਂ ਦਾ ਮਾਣ ਚੌੜੀ ਮੁਸਤਫਾ ਜੱਟ ਹੋਣਾ ਦਾ ਜੈਸਮ ਸਿੱਧੂ ਉਹ ਜਿੱਥੇ 20,000 ਦਾ ਮਾਣ ਸਤਿਕਾਰ ਹੋਇਆ ਸੀ ਤੇਰਾ 88 ਵਾਲੇ ਉਸਤਾਦ ਕੈਸਰ ਜੱਟ ਦੇ ਪਿੰਡ ਵਿੱਚ ਉਹ ਜਿੱਥੇ ਚੌੜੀ ਫੈਸਲ ਜੱਟ ਚੌੜੀ ਰਾਣਾ ਮੁਬਸ਼ਰ ਹੋਣੇ ਉਹ ਧੰਨ ਧੰਨ ਕਰਾਉਂਦੇ ਹਰ ਥਾਈ ਉਹ ਕਿੱਥੋਂ ਦਾ ਕਹਿੰਦੇ ਮੁੰਡਾ ਗਲਾ ਕਹਿੰਦੇ ਆਹ ਜਿਹੜਾ ਸਾਡਾ ਬੱਟੂ ਭਰਾ ਧੰਨ ਧੰਨ ਕਰਾਉਂਦਾ ਚੱਕ ਨੰਬਰ 188 ਅਬਦੁਲ ਮਨਾਨ ਬੱਟੂ ਉਧਰਲੇ ਪਾਸੇ ਕਬੱਡੀ ਫਿਰ ਚੱਲ ਵੀ ਮਲਕਾ ਭਾ ਕਬੱਡੀ ਉਧਰ ਫਿਰ ਮੱਛੋ ਲੇਕਿਨ ਨਹੀਂ ਨੰਬਰ ਹੋਇਆ ਜੀ ਰੇਡਰ ਦੇ ਖਾਤੇ ਨੰਬਰ ਮਸਲ ਦੇ ਖਾਤੇ ਨੰਬਰ ਹੋਇਆ ਲੋ ਕਬੱਡੀ ਮਾਰ ਸਿਕੰਦਰ ਲੋ ਜੀ ਆਸਮ ਮਾਰ ਮਦਸਰ ਫੇਰ ਕਰੇ ਲੋ ਜੀ ਪੂਰਾ ਚੱਪਾ ਚੱਪਾ ਚਰਖਾ ਘੁੰਮੰਡਿਆ ਲੇਕਿਨ ਨੰਬਰ ਹੋਇਆ ਰੇਡਰ ਦੇ ਖਾਤੇ ਲੋ ਕਬੱਡੀ ਅਗਲੇ ਪਾਸੇ ਕਬੱਡੀ ਕਿਹੜਾ ਮੁੰਡਾ ਮਲਕ ਅਨਸ ਮਲਕ ਬਿਨਿਆਮੀਨ ਦਾ ਛੋਟਾ ਵੀਰਾ ਹਾਜੀ ਸਨਾਉਲਾ ਦਾ ਸ਼ੇਰ ਪੁੱਤ ਮਲਕ ਸੋਹਣਾ ਚੰਦਾਂ ਦੇ ਵਿੱਚ ਘਰ ਦੇ ਵੇ ਉਹ ਜਿਹਨੇ ਜੜਾਂ ਵਾਲੇ ਦੀ ਧਰਤੀ ਦੇ ਹੀਰੇ ਬਣਾਏ ਆ ਪਾਲ ਕੇ ਦੱਸਿਆ ਉਹ ਮਿਹਨਤ ਮਲਕ ਉਮਰ ਫਰੂਕ ਦੀ ਬੜੀ ਹੈ ਮਲਕ ਅਬੂ ਬਕਰ ਦੀ ਬਹੁਤ ਹੈ ਉਹ ਕਹਿੰਦੇ ਮਲਕ ਮੁਜ਼ਕਾਲਾ ਤੇ ਮਾਨੁੱਲਾ ਹੋਣਾ ਨੇ ਧੰਨ ਧੰਨ ਕਰਾਈ ਹਰ ਗਰਾਉਂਡੇ ਅਰਫਾਨ ਖਾਨ ਪਠਾਨ ਅਰਫਾਨ ਪਠਾਨ ਉਹ ਕਾਸ਼ੀ ਪਠਾਨ ਦਾ ਛੋਟਾ ਵੀਰਾ ਉਹ ਸਦਕੇ ਉਹ ਪੁੱਠੀ ਦੇ ਵਿੱਚੋਂ ਵੀ ਨਿਕਲ ਜਾਂਦਾ ਮਲਕ ਉਹ ਮਲਕ ਵਾਸਤੇ ਤਾੜੀਆਂ ਮਾਰ ਦਿਓ ਜਿਹੜਾ ਬੰਦਾ ਬਾਬਾ ਮੁੱਠਣ ਸ਼ਾਹ ਨਾਲ ਪਿਆਰ ਕਰਦਾ ਵਾ ਸ਼ਾਦਾ ਘਬਿਆਰ ਵੀ ਬਾਬਾ ਪੂਰਾ ਹੀ ਕਰੀ ਜਾਣ ਡਿਆ ਅੱਜ ਲੈਣ ਮੈਂ ਨਾ ਇਧਰਲੇ ਪਾਸੇ ਉਸਤਾਦ ਅਛੂ ਉਧਰਲੇ ਪਾਸੇ ਪ੍ਰੋਫੈਸਰ ਸ਼ਨਾਵਰ ਬਾਲੂ ਜੱਟ ਜਿੱਥੇ ਵੀ ਹੈਗਾ ਆ ਭਾਈ ਤੇਰੇ ਕੱਛੇ ਦੇ ਨਿੱਕਰਾਂ ਦੇ ਝੋਲਾ ਮੇਰੇ ਕੋਲੇ ਆਇਆ ਭਾਈ ਖੜਾਵਾ ਦੇ ਕੋਲੋਂ ਆ ਕੇ ਲੈ ਲਾ ਬਾਲੂ ਜਿੱਥੇ ਵੀ ਹੈ ਲਓ ਉਧਰਲੇ ਪਾਸੇ ਨੰਬਰ ਫਿਰ ਅਲੀ ਪੰਨੂ ਦੇ ਖਾਤੇ ਆ ਨੰਬਰ ਅਲੀ ਪੰਨੂ ਦਾ ਲਓ ਜੈਸਮ ਸਿੱਧੂ ਪਾਊਗਾ ਕਬੱਡੀ ਕਬੱਡੀ ਪਾਉਣ ਵਾਸਤੇ ਕਹਿੰਦਾ ਕੋਈ ਦਵਾ ਹੁਣ ਝੱਲ ਨਹੀਂ ਹੁੰਦੀ ਦਿਲ ਦੀ ਮੁਸ਼ਕਲ ਹੱਲ ਨਹੀਂ ਹੁੰਦੀ ਤੇ ਕੀਤਾ ਸੀ ਉਸ ਕੱਲ ਦਾ ਵਾਅਦਾ ਮੁੱਦਤਾਂ ਹੋਈਆਂ ਕੱਲ ਨਹੀਂ ਹੁੰਦੀ ਤੇ ਅੱਗੇ ਪਿੱਛੇ ਬੜੀਆਂ ਸੋਚਾਂ ਆ ਜਾਵੇ ਤੇ ਗੱਲ ਨਹੀਂ ਹੁੰਦੀ ਉਹਨੇ ਸਭ ਨੂੰ ਮਿਲਣਾ ਹੁੰਦਾ ਸਾਤੋਂ ਇਹ ਗੱਲ ਝੱਲ ਨਹੀਂ ਹੁੰਦੀ ਅਰਬਾਬ ਸਿਆਮ ਸਦਕੇ ਨੰਬਰ ਹੋਇਆ ਜੀ ਜੈਸਮ ਸਿੱਧੂ ਦਾ ਲੱਭਦੇ ਨਹੀਂ ਹੁੰਦੇ ਟਾਈਮ
ਲੋ ਕਬੱਡੀ ਪਾਉਂਦਾ ਆਸ਼ਰ ਪਠਾਨ, ਕਬੱਡੀ ਦੇ ਉੱਪਰ ਆਸ਼ਰ ਪਠਾਨ ਤਿਆਰ ਹੈ। ਉਧਰਲੇ ਪਾਸੇ ਉਹ ਪੁੱਠੀ ਪਾਈ ਆ, ਕਹਿੰਦਾ ਰੱਖ ਪੁੱਠੀਆਂ ਸਿੱਧੀਆਂ ਸਾਂਭ ਕੇ, ਉਹ ਰੱਬ ਸੋਹਣਾ ਨਾ ਕਿਸੇ ਨੂੰ ਪੁੱਠੀਆਂ ਪਾਵੇ। ਲੋ ਮਸਬ ਮਲਕ ਮਸਬ ਦੀ ਪੈਂਦੀ ਕਬੱਡੀ ਖੇਡ ਮੈਦਾਨ ਦੇ ਵਿੱਚ। ਬੱਗਾ ਨਸ਼ੋਜਾ ਪਿੰਡ ਹੈ, ਕਹਿੰਦਾ ਚਿੱਟੀ ਚਾਦਰ ਲਾ ਸੁੱਟ ਕੁੜੀਏ ਤੇ ਪੈਣ ਫਕੀਰੀ ਲੋਈ, ਚਿੱਟੀ ਚਾਦਰ ਨੂੰ ਤਾਗ ਹਜ਼ਾਰਾਂ ਤੇ ਲੋਈ ਨੂੰ ਲੱਗੇ ਨਾ ਕੋਈ, ਲੈ ਚੱਲ ਬੁੱਲਿਆ ਤੱਤ ਹਜ਼ਾਰੇ, ਉਹ ਸਿਆਲੀ ਮਿਲੇ ਨਾ ਕੋਈ। ਆਖੋ ਨੀ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੇ ਕੋਈ, ਥੋੜੀ ਅੱਖ ਚੁੱਭੀ ਆ ਜਾਫੀ ਦੀ। ਲੇਕਿਨ ਨੰਬਰ ਹੋ ਗਿਆ ਮਸਬ ਦਾ, ਕਬੱਡੀ ਪਾਉਣ ਵਾਸਤੇ ਲੱਜ ਤੱਕ ਕਸਾਈ। ਉਹ ਚੱਲ ਵੀ ਕਸਾਈਆ, ਉਹ ਪਾ ਕਬੱਡੀ ਇਧਰਲੇ ਪਾਸੇ, ਕਸਾਈ ਦੀ ਪੈਂਦੀ ਰੇਡ। ਉਹ ਕਿਹੜਾ ਕਸਾਈ ਕੱਟਾ ਢਾਉਂਦਾ ਆ ਇਧਰਲੇ ਪਾਸੇ, ਉਹ ਚਾਰ ਖੜੇ ਆ, ਉਹ ਬਲਕਾਂ ਦੇ ਪੁੱਤ ਖੜੇ ਆ, ਉਹ ਛੋਟਾ ਮੱਛੋ ਛੋਟਾ ਮੱਛੋ ਉਹ ਮੱਛੋ। ਲੇਕਿਨ ਨੰਬਰ ਕਸਾਈ ਦਾ, ਕਸਾਈਆਂ ਦਾ ਅੱਜ ਕੱਲ ਬਈ ਹੱਥ ਗਰਮ ਆ, ਕੁਰਬਾਨੀ ਦੇ ਬਹੁਤ ਹੱਥ ਖੁੱਲਿਆ। ਉਹ ਇੱਕ ਟਿਕਟੋਕ ਤੇ ਵੇਖਿਆ ਛਤਰੇ ਦੀ ਧੌਣ ਹੀ ਲੈਦਾ ਕਰਤੀ ਕਸਾਈ ਨੇ। ਉਧਰਲੇ ਪਾਸੇ ਲੋ ਕਬੱਡੀ ਪਾ ਰਿਹਾ ਮੁੰਡਾ, ਚੱਲ ਵੀ ਸ਼ੇਰਾ ਇਧਰਲੇ ਪਾਸੋਂ ਵਾਲੀ ਦੀ ਕਬੱਡੀ ਹੈ, ਕਬੱਡੀ ਕਬੱਡੀ ਕਰਦਾ ਪਿਆ ਮੁੰਡਾ ਮੈਦਾਨ ਦੇ ਵਿੱਚ। ਉਹ ਲਾ ਕੇ ਸੁੱਟਿਆ ਅਰਫਾਨ ਪਠਾਨ ਲੱਗਾ, ਪਠਾਨ ਲੱਗਾ, ਉਹ ਪਠਾਨ ਲੱਗ ਗਿਆ। ਉਹ ਨਾ ਮੋਟਰ ਮੇ ਨਾ ਕਾਰ ਮੇ, ਉਹ ਜੋ ਮਜ਼ਾ ਨਸਵਾਰ ਮੇ, ਉਹ ਇੱਕ ਵਾਰੀ ਤਾੜੀਆਂ ਉਹ ਤਾੜੀਆਂ, ਉਹ ਭਾਈ ਅਜ਼ੀਮ ਚੱਠੇ ਉਹ ਮੁੱਲ ਮੁੜ ਗਿਆ ਕੌਡੀ ਦਾ, ਬਾਈ ਉਹ ਮੁੱਲ ਮੁੜ ਗਿਆ ਕੌਡੀ ਦੇ। ਚੋਰੀ ਸ਼ੇਰ ਸਮਾਨ ਚੱਠੇ ਦੇ ਪਿੰਡ ਵਿੱਚ ਮੈਚ ਆ ਬਾਈ, ਚੋਰੀ ਸ਼ਾਨ ਵਾਲ ਪੇ ਚੱਠੇ ਦੇ ਪਿੰਡ ਚ ਮੈਚ ਹੈ। ਉਧਰਲੇ ਪਾਸੇ ਨਾਮ ਤੁਰ ਪਏ ਬਾਈ, ਨਾਮ ਤੁਰ ਪਏ ਆ ਬੰਦੇ, ਤੁਰ ਪਿਆ ਨਾਮ ਨੂੰ ਜਵਾਦ। ਲੋ ਜਵਾਦ ਪੰਨੂ ਵੱਲੋਂ 1000 ਰੁਪਇਆ ਚੱਫੇ ਦਾ। ਅਗਰ ਹੋਰ ਵੀ ਕੋਈ ਬੰਦਾ ਨਾਮ ਦੇ, ਕਲੱਬ ਦੇ 16 ਔਰ ਰੱਤੀਆਂ ਦੇ ਪੁਆਇੰਟ ਹੈਗੇ 21। ਪਹਿਲਾ ਹਾਫ ਸਮਾਪਤ ਹੋਇਆ, ਪਹਿਲੀ ਵਾਟਰ ਬ੍ਰੇਕ ਤੋਂ ਬਾਅਦ 16-21 ਦਾ ਚੱਲਦਾ ਮੁਕਾਬਲਾ, ਮਲਕ ਕਬੱਡੀ ਕਲੱਬ ਦੇ 16 ਔਰ ਰੱਤੀਆਂ ਦੇ 21। ਔਰ ਭਾਲੂ ਭਰਾ ਤੇਰੇ ਮੋਟਰਸਾਈਕਲ। ਲਓ ਜੀ ਮੈਚ ਹੋ ਗਿਆ ਸ਼ੁਰੂ ਫਿਰ ਮੈਦਾਨ ਦੇ ਵਿੱਚ। ਲੋ ਕਬੱਡੀ ਪੈਂਦੀ ਹੈ ਖੇਡ ਮੈਦਾਨ ਦੇ ਵਿੱਚ, ਇਸ ਵੇਲੇ ਮੁੰਡਾ ਕਬੱਡੀ ਪਾ ਰਿਹਾ ਮੈਦਾਨ ਦੇ ਵਿੱਚ। ਅੱਗੇ ਚਾਰ ਮੁੰਡੇ ਇਧਰਲੇ ਪਾਸੇ, ਆਸ਼ਰ ਪਠਾਨ ਦੀ ਪੈਂਦੀ ਕਬੱਡੀ, ਕਬੱਡੀ ਕਬੱਡੀ ਕਰਦਾ ਪਿਆ। ਉਧਰ ਸ਼ੇਰ ਜ਼ਮਾਨ ਚੱਠਾ, ਸ਼ਾਨਵਾਦ ਚੱਠਾ, 46 ਚੱਠਿਆਂ ਵਾਲੇ ਮਹਿਮਾਨੇ ਗ੍ਰਾਮੀ ਵਿੰਦੇ ਪਏ ਮੈਚ ਸਦਕੇ ਨੰਬਰ ਆਸ਼ਰ ਪਠਾਨ ਦਾ। ਭਾਜੀ ਆ ਚਾਬੀ ਆ ਕਿਸੇ ਮੋਟਰਸਾਈਕਲ ਦੀ ਡਿੱਗੀ ਆ, ਜੇ ਕਿਸੇ ਬੰਦੇ ਦੀ ਹੈ ਤੇ ਆ ਕੇ ਆਪ ਮੁੰਡੇ ਕੋਲ ਲੈ ਲਿਓ। ਮਲਕੰਸ ਪਾਉਂਦਾ ਪਿਆ ਕਬੱਡੀ, ਚੱਲ ਵੀ ਮਲਕੰਸ, ਬਹੁਤੇ ਬੰਦੇ ਹੁੰਦੇ ਧਰਤੀ ਦਾ ਭਾਰ ਚੱਕਦੇ, ਰੋਜ਼ ਰੋਜ਼ ਨਹੀਂ ਆਉਂਦੇ ਫਲਕਾਰ ਜੱਗਦੇ। ਉਹ ਮੇਰਾ ਲੱਖ ਸਲਾਮ ਉਹਨਾਂ ਮਾਪਿਆਂ ਨੂੰ, ਉਹ ਜਿਨ੍ਹਾਂ ਜੰਮ ਛੱਡੇ, ਉਹ ਕੌਡੀ ਦੇ ਸਟਾਰ ਜੱਗਦੇ, ਅਰਬਾਬ ਸਿਆਮ ਸਦਕੇ ਨਹੀਂ। ਤਿਲਕ ਤਿਲਕ ਜਾਂਦਾ ਮਲਕੰਸ, ਤਿਲਕ ਤਿਲਕ ਜਾਂਦਾ, ਗਰਮੀ ਦਾ ਮਾਹੌਲ ਆ ਭਾਈ, ਤਿਲਕ ਤਿਲਕ ਨਿਕਲਦੇ ਪਏ ਆ। ਨੰਬਰ ਹੋ ਗਿਆ ਜੀ ਰੇਡਰ ਦਾ। ਕਬੱਡੀ ਪਾਉਣ ਵਾਸਤੇ ਅਲੀ ਪੰਨੂ, ਚੱਲ ਵੀ ਸ਼ੇਰਾ ਪਾ ਕਬੱਡੀ। ਉਧਰਲੇ ਪਾਸੇ ਚਾਰ ਮਲਕਾਂ ਦੇ ਪੁੱਤ ਖੜੋਤੇ ਆ, ਵਿੱਚ ਛੋਟਾ ਮੱਛੋ, ਛੋਟੇ ਮੱਛੋ ਨੂੰ ਮਾਰਿਆ ਟੱਚ। ਇਧਰਲੇ ਪਾਸੇ ਮਲਕ, ਉਹ ਮਲਕ ਨਿਕਲਿਆ, ਉਹ ਸਟਾਈਲਿਸ਼ ਮਲਕ। ਔਰ ਨੰਬਰ ਰੇਡਰ ਦਾ ਜੀ, ਬੁੱਤੀ ਟੱਚ ਹੋ ਗਈ ਆ, ਨੰਬਰ ਹੋ ਗਿਆ ਜੀ ਅਲੀ ਪੰਨੂ ਦਾ।
ਜੈਸਮ ਸਿੱਧੂ ਚੱਲ ਵੇ ਜੈਸਮ ਸਿੱਧੂ ਬੋਲਦਾ ਧਾਵਾ ਚੱਲ ਵੀ ਸ਼ੇਰਾ ਪਾ ਕਬੱਡੀ ਚੌਧਰੀ ਮੁਸਫਾ ਜੱਟ ਹੁਣਾਂ ਦਾ ਮਾਣ ਮੁੰਡਾ ਕਬੱਡੀ ਪਾ ਰਿਹਾ ਲੋ ਕਬੱਡੀ ਕਬੱਡੀ ਕਰਦਾ ਮੁੰਡਾ ਮੈਦਾਨ ਦੇ ਵਿੱਚ ਉਹ ਮਲਕਾਂ ਦੀ ਟੀਮ ਦੇ ਚਾਹਾਂ ਜਾ ਇਧਰਲੇ ਪਾਸੇ ਰੱਤੀਆਂ ਦੇ ਚਾਰ ਜਾਫੀਆਂ ਦੇ ਵਿੱਚੋਂ ਉਹ ਕਹਿੰਦੇ ਰਬਾਬ ਸਿਆਮ ਕਿ ਆਹ ਮੁੰਡਾ ਕਿਹੜਾ ਹੋਇਆ ਮੁਰੇ ਲੇਕਿਨ ਨੰਬਰ ਰੇਡਰ ਦੇ ਖਾਤੇ ਡਬਲ ਟੱਚ ਹੋਇਆ ਨੰਬਰ ਡਬਲ ਟੱਚ ਹੈ ਲੋ ਅਗਲੀ ਕਬੱਡੀ ਪਾਉਣ ਵਾਸਤੇ ਕਿਹੜਾ ਮੁੰਡਾ ਟੁਰਦਾ ਜੀ ਇਧਰਲੇ ਪਾਸੋਂ ਅੱਲਾ ਦਿੱਤਾ ਕਸਾਈ ਕਹਿੰਦੇ ਲੋ ਟੇਕਦਾ ਧਰਤੀ ਮਾਂ ਨੂੰ ਮੱਥਾ ਨੂੰ ਮਨ ਵਿੱਚ ਆਉਂਦਾ ਲੋ ਪੱਟਾਂ ਤੇ ਮਾਰਦਾ ਹੱਥਾਂ ਪੀਆ ਚੋਹਾਂ ਜਾਫੀਆਂ ਦੇ ਧਾਵਾ ਬੋਲਣ ਵਾਸਤੇ ਮੁੰਡਾ ਲੋ ਜੈਸ ਇਧਰਲੇ ਪਾਸੋਂ ਮਲਕ ਚੱਲ ਬਈ ਚੱਲ ਚੱਲ ਅੱਲਾ ਦਿੱਤੇ ਚੱਲ ਨੰਬਰ ਇਧਰਲੇ ਪਾਸੋਂ ਅੱਲਾ ਦਿੱਤੇ ਦੀ ਫਿਰ ਰੇਡ ਪੈਂਦੀ ਹੈ ਮੈਦਾਨ ਦੇ ਵਿੱਚ ਕਬੱਡੀ 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 ਕਰਦਾ ਪਿਆ ਇਧਰਲੇ ਪਾਸੇ ਕਹਿੰਦਾ ਸੱਜ ਦੀ ਪੇੜ ਵਿਚਕਾਰ ਕਬੱਡੀ ਢੋਲ ਦੀ ਜਵਾਨਾਂ ਦੇ ਹੈ ਭਾਰ ਕਬੱਡੀ ਦਿਲਾਂ ਚ ਵਧਾਉਂਦੀ ਹੈ ਪਿਆਰ ਕਬੱਡੀ ਸਾਡੇ ਸਾਰੇ ਖੇਡ ਦੇ ਯਾਰ ਕਬੱਡੀ ਮਸਬ ਆ ਗਿਆ ਖੇਡ ਮੈਦਾਨ ਦੇ ਵਿੱਚ ਫੇਰ ਇੱਕ ਵਾਰੀ ਬੋਲਦਾ ਮਸਬ ਸਿਕੰਦਰ ਬੋਲਦਾ ਧਾਵਾ ਚੱਲ ਵੀ ਮਸਬ ਪਾ ਸ਼ੇਰਾ ਕਬੱਡੀ ਅਗਲੇ ਪਾਸੇ ਚੌਹਾਂ ਜਾਫੀਆਂ ਦੇ ਵਿੱਚੋਂ ਉਹ ਕਿਹੜਾ ਮੁੰਡਾ ਡੱਕਦਾ ਉਹ ਕਿਹੜਾ ਹਾਣੀ ਬਾਹਰ ਨਿਕਲਦਾ ਦੋ ਨੰਬਰ ਵਾਲਾ ਮੁੰਡਾ ਉਹ ਕਹਿੰਦੇ ਰਬਾਬ ਸਿਆਮ ਹੈ ਰਬਾਬ ਉਧਰ ਮਸਬ ਸਿਕੰਦਰ ਹੈ ਇਧਰ ਰਬਾਬ ਹੈ ਇਧਰ ਮਸਬ ਹੈ ਉਹ ਮਸਬ ਉਹ ਧੱਕਾ 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 ਕਰਦਾ ਚੱਟਾ ਸ਼ਰੇਆਮ ਉੱਤੇ ਉਹ ਧੱਕਾ ਕਰਦਾ ਲੋ ਬੱਗਾ ਨਸ਼ੋਜਾ ਪਿੰਡਾ ਉਹ ਇਧਰ ਮੁਦੱਸਰ ਸਾਂਬਲ ਮੁਦੱਸਰ ਸਾਂਬਲ ਪਾਉਂਦਾ ਰੇਡ ਲੋ ਦੋ ਇਧਰਲੇ ਪਾਸੋਂ ਉਹ ਮੁੰਡਾ ਫਿਰ ਗਿੱਟਾ ਫੜਦਾ ਲੇਕਿਨ ਨਹੀਂ ਲੱਭਦੇ ਐਡੀ ਛੇਤੀ ਨਹੀਂ ਕੰਮ ਬਣਦਾ ਬਾਈ ਐਡੀ ਛੇਤੀ ਨਹੀਂ ਕੰਮ ਬਣਦਾ ਗਿੱਟਾ ਫੜਨਾ ਬੜਾ ਔਖਾ ਹੈ ਕਬੱਡੀ ਫਿਰ ਪੈਂਦੀ ਹੈ ਉਧਰਲੇ ਪਾਸੋਂ ਮੀਆਂ ਉਮਰ ਦੀ ਕਬੱਡੀ ਹੈ ਕਬੱਡੀ ਪੈ ਗਈ ਮੈਦਾਨ ਦੇ ਵਿੱਚ ਅਰਫਾਨ ਪਠਾਨ ਅਰਫਾਨ ਪਠਾਨ ਜੱਫਾ ਲਾਵੇ ਤੇ ਬਾਈ ਤੇਰੇ ਵਾਸਤੇ 1000 ਤਾੜੀ ਵਜੂਗੀ ਤਾੜੀਆਂ ਮਾਰ ਦਿਓ ਬਾਈ ਇਕੱਲੀ ਤਾੜੀ ਵੀ ਨਹੀਂ ਮਾਰ ਸਕਦੇ ਤੁਸੀਂ ਫ੍ਰੀ ਵਾਲੀ ਚੀਜ਼ ਤੇ ਦਿਆ ਕਰੋ ਪੂਰੀ ਲੋ ਕਬੱਡੀ ਫਿਰ ਮੈਦਾਨ ਦੇ ਵਿੱਚ ਪੈਂਦੀ ਹੈ ਇਧਰਲੇ ਪਾਸੋਂ ਅਲੀ ਪੰਨੂ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਕਬੱਡੀ ਕਬੱਡੀ ਕਰਦਾ ਪਿਆ ਉਹ ਮੁੰਡਾ ਕਬੱਡੀ ਦੇ ਉੱਪਰ ਤਿਆਰ ਐ ਛੋਟਾ ਮੱਛੋ ਉਹ ਛੋਟਾ ਮੱਛੋ ਉਹ ਛੋਟਾ ਮੱਛੋ ਕਹਿੰਦਾ ਫੀਤਾ 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 ਉਹ ਮਾਈ ਮੇਰਾ ਨਿੱਕਾ ਜਿਹਾ ਉਹ ਖਿੱਚ ਕੇ ਬਰਾਬਰ ਕੀਤਾ ਉਹ ਖਿੱਚ ਕੇ ਕਰਤਾ ਬਰਾਬਰ ਉਹ ਨੰਬਰ ਅਲੀ ਪੰਨੂ ਦਾ ਖਿੱਚ ਕੇ ਬਰਾਬਰ ਕਰ ਗਿਆ ਹਾਸ਼ਮ ਗੱਗੀ ਦੀ ਵਿਸਲ ਹੈ ਕਿ ਨੰਬਰ ਰੇਡਰ ਦਾ ਲੋ ਕਬੱਡੀ ਪਾਉਣ ਵਾਸਤੇ ਮੁੰਡਾ ਇਧਰਲੇ ਪਾਸੋਂ ਉਹ ਕਬੱਡੀ ਜੱਟਾਂ ਦੇ ਪੁੱਤ ਦੀ ਲੋ ਨੰਬਰ ਉਹ ਪਠਾਨ ਲੱਗਿਆ ਇੱਕ ਨੰਬਰ ਰੇਡਰ ਦਾ ਫਿਰ ਨੰਬਰ ਫਿਰ ਰੇਡਰ ਦਾ ਲੋ ਸੁਬਾ ਇਨਸ਼ਾਅੱਲਾ ਆਲ ਓਪਨ ਮੁਕਾਬਲਾ ਹੋਣਾ ਫਾਈਨਲ ਮੈਚ ਹੋਣਾ ਲਿਆ ਸਾਰੇ ਵੀਰਾਂ ਦੇ ਅੱਗੇ ਗੁਜ਼ਾਰਿਸ਼ ਹੈ ਕਿ ਠੀਕ 5 ਵਜੇ ਗਰਾਊਂਡ ਦੇ ਵਿੱਚ ਆ ਜਾਣ ਵੱਡਾ ਮੁਕਾਬਲਾ ਜਿਹਦੇ 'ਚ ਅਜ਼ੀਮ ਚੱਠਾ ਵੀ ਪਰਫਾਰਮ ਕਰੂਗਾ ਉਧਰਲੇ ਪਾਸੇ ਔਲਾ ਦਿੱਤੇ ਦੀ ਫਿਰ ਰੇਡ ਪੈਂਦੀ ਹੈ ਕਸਾਈ ਦੀ ਉਹ ਟੱਕਰਾਂ ਮਾਰਦਾ ਤਿਲਕ ਤਿਲਕ ਜਾਂਦਾ ਮੁੰਡਾ ਐਸ ਟਾਈਮ ਪੂਰਾ ਜਮੂਰ ਪਾਇਆ ਸੀ ਮਲਕ ਨੇ ਲੇਕਿਨ ਮੌਕਾ ਨਹੀਂ ਦਿੱਤਾ ਰੇਡਰ ਨੰਬਰ ਕਰ ਗਿਆ ਵਾਧਾ ਅਗਲੀ ਫਿਰ ਕਬੱਡੀ ਪਾਉਣ ਵਾਸਤੇ ਮੁੰਡਾ ਇਧਰਲੇ ਪਾਸੋਂ ਜੈਸਮ ਸਿੱਧੂ ਕਬੱਡੀ ਪਾ ਰਿਹਾ ਚੌਹਾਂ ਜਾਫੀਆਂ ਦੇ ਵਿੱਚੋਂ ਟਿਕ 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 ਕਰਦੀ ਘੜੀ ਉਹ ਪੁਆਇੰਟ ਐਸ ਟਾਈਮ ਦੇਖਣਾ ਪੈਣਾ ਅੱਛੂ ਦੀ ਵਿਸਲ ਉਸਤਾਦ ਅੱਛੂ ਕਹਿੰਦਾ ਕਿ ਡਬਲ ਟੱਚ ਹੋਇਆ ਨੰਬਰ ਹੋ ਗਿਆ ਡਬਲ ਟੱਚ ਨੰਬਰ ਡਬਲ ਟੱਚ ਭਰਾ ਉਧਰਲੇ ਪਾਸੇ ਫਿਰ ਮੁਦੱਸਰ ਸਾਂਬਲ ਕਬੱਡੀ ਪਾਉਣ ਵਾਸਤੇ ਤਿਆਰ ਹੈ ਚੱਲ ਬਈ ਜੱਟ ਦੀ ਕਬੱਡੀ ਅੱਗੇ ਜੱਟ ਜਹਾਜ਼ ਜਿੰਨਾ ਜ਼ੋਰ ਮਿੱਤਰੋ
ਜਿੱਤ ਕੇ ਨਹੀਂ ਜਾਂਦਾ ਤੇ ਹੋਰ ਮਿੱਤਰੋ ਸਭ ਬੇਲੀਆਂ ਨੂੰ ਗੱਲਾਂ ਸਮਝਾ ਰੱਖੀਆਂ ਵੀ ਜੱਟਾ ਤੇਰੇ ਉੱਤੇ ਸ਼ਰਤਾਂ ਨੇ ਲਾ ਰੱਖੀਆਂ ਇਧਰਲੇ ਪਾਸੇ ਮਦਸਰ ਸਾਂਭਲ ਦੀ ਕਬੱਡੀ ਹੈ ਨੰਬਰ ਦਾ ਹੋ ਗਿਆ ਵਾਧਾ ਲੋ ਕਬੱਡੀ ਪਾਉਣ ਵਾਸਤੇ ਮੁੰਡਾ ਫਿਰ ਇਧਰਲੇ ਪਾਸੋ ਲੋ ਖਿਲਾਰ ਲਈਆਂ ਬਾਹਾਂ ਕਾਲੇ ਰੰਗ ਦੀ ਪਾਈ ਹੋਈ ਨਿੱਕਰ ਹੈ ਮੁਸ਼ਕਾਰ ਰੰਗ ਹੈ ਕਹਿੰਦਾ ਇਧਰਲੇ ਪਾਸੇ ਪਿੰਡੇ ਵਿੱਚ ਕੌਡੀ ਹੈ ਤੇ ਪੈਰਾਂ ਵਿੱਚ ਫੁਰਤੀ ਲੋ ਦਲੇਰੀਆਂ ਦੀ ਦਿੱਤੀ ਆਨੂੰ ਮਾਂ ਇਹਨੂੰ ਗੁੜਤੇ ਨੰਬਰ ਫਿਰ ਰੇਡਰ ਦਾ ਸਤਾਦ ਅੱਛੂ ਦੀ ਵਿਸਲ ਇੱਕ ਨੰਬਰ ਸਟੋਪ ਰੇਡਰ ਦੇ ਖਾਤੇ ਹੈ ਲੋ ਅਗਲੀ ਕਬੱਡੀ ਪਾਉਣ ਵਾਸਤੇ ਆਸ਼ਰ ਖਾਨ ਪਠਾਨ ਕਾਸ਼ੀ ਪਠਾਨ ਦਾ ਛੋਟਾ ਵੀਰ ਹੈ ਅਸਲਮ ਪਠਾਨ ਦਾ ਭਤੀਜਾ ਪਿੰਡ 188 ਦੇ ਨਲਿਆਲ ਕਬੱਡੀ ਕਬੱਡੀ ਕਰਦਾ ਮੈਦਾਨ ਦੇ ਵਿੱਚ ਅੱਗੋ ਛੋਟਾ ਮੱਛੋ ਖੜਾ ਅੱਗੇ ਮਲਕ ਅਬੂ ਬਕਰ ਖੜਾ ਉਹ ਸਵਾਮਾ ਖੜਾ ਇਧਰਲੇ ਪਾਸੋ ਉਹ ਮੁੰਡਾ ਫਿਰ ਮਲਕਾਂ ਦਾ 102 ਰੇਵੇ ਬੁੱਢੇ ਚੱਕ ਵਾਲਾ ਮਲਕ ਬਿਨਿਆਮੀਨ ਦਾ ਸ਼ੇਰ ਲੱਗਿਆ ਲੇਕਿਨ ਨੰਬਰ ਮਾਸਟ ਪਠਾਨ ਦੇ ਖਾਤੇ ਹੈ ਲੋ ਜੈਸਮ ਸਿੱਧੂ ਕਬੱਡੀ ਪਾ ਰਿਹਾ ਕਹਿੰਦਾ ਕਿਆ ਸੋਹਣੇ ਤੇਰੇ ਟੋਲੇ ਨੇ ਕਿਆ ਸੋਹਣੀਆਂ ਤੇਰੀਆਂ ਟੋਲਾਂ ਨੇ ਤੂੰ ਬਾਹਾਂ 'ਚ ਖਿਲਾਰਦਾ ਏ ਉਹ ਜਿਵੇਂ ਪੰਖ ਖਿਲਾਰੇ ਮੋਰਾਂ ਨੇ ਉਹ ਜਿਵੇਂ ਪੰਖ ਖਿਲਾਰੇ ਮੋਰਾਂ ਨੇ ਜੈਜ਼ਮ ਸਿੱਧੂ ਨੂੰ ਤਾਂ ਪੰਜਾਬ ਪੁਲਿਸ ਨੇ ਡੱਕਦੀ ਤੂੰ ਕਿੱਧਰ ਡੱਕਣ ਲੱਗ ਗਿਆ ਨੰਬਰ ਜੈਜ਼ਮ ਸਿੱਧੂ ਦਾ ਲੋ ਕਬੱਡੀ ਫਿਰ ਪਾਉਣ ਵਾਸਤੇ ਇਸ ਟਾਈਮ ਅਲੀ ਦੀ ਪੈਂਦੀ ਰੇਡ ਖੇਡ ਮੈਦਾਨ ਦੇ ਵਿੱਚ ਫਿਰ ਕਰੇ ਚੱਲ ਵੀ ਸ਼ੇਰਾ ਪਾ ਕਬੱਡੀ ਉਧਰਲੇ ਪਾਸ ਟੀਪੂ ਭੱਟੀ ਕਹਿੰਦਾ ਮੈਂ ਦੁੱਲਾ ਭੱਟੀ ਬਾਰਦਾ ਮੇਰੀ ਮੁਗਲ ਨਾ ਭੁੱਲ ਸਨ ਯਾਦ ਉਹ ਮੈਨੂੰ ਰੁੱਲਣ ਵਾਲੇ ਰੁੱਲ ਗਏ ਮੈਂ ਹਾਲੀ ਤੀਕ ਵੀ ਸ਼ਾਦ ਲੋ ਕਬੱਡੀ ਪਾਉਣ ਵਾਸਤੇ ਮੁੰਡਾ ਫਿਰ ਇਸ ਸਮੇਂ ਮੈਦਾਨ ਦੇ ਵਿੱਚ ਚੱਲ ਵੀ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ ਲੋ ਗੁੱਟ ਫੜਨ ਦੀ ਕੀਤੀ ਦਲੇਰੀ ਗੁੱਟ ਫੜਦਾ ਉਹ ਕਦੇ ਖਾਮਕਾ ਕਰਦਾ ਟਿਕ 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 ਕਰਦੀ ਘੜੀ ਬਗਲ ਭਰੀ ਆ ਲੇਕਿਨ ਨੰਬਰ ਰੇਡਰ ਦੇ ਖਾਤੇ ਫਿਰ ਜਾਪਦਾ ਅੱਲਾ ਦਿੱਤਾ ਕਸਾਈ ਫਿਰ ਚੱਲ ਵੇ ਸੋਹਣਿਆ ਪਾਕ ਵੱਡੇ ਕੇ ਸਿੱਖ ਇਧਰਲੇ ਪਾਸੇ ਕਹਿੰਦਾ ਸੱਜਣੋ ਨੰਬਰ ਲੈਣ ਵਿੱਚ ਚੱਲਿਆ ਤੇ ਡਾਢਿਆਂ ਦੇ ਨਾਲ ਖੈਣ ਵਿੱਚ ਚੱਲਿਆ ਟੇਕ ਕੇ ਧਰਤੀ ਮਾਂ ਨੂੰ ਮੱਥਾ ਉੱਚੀ ਥਾਂ ਤੇ ਬਹਿਣ ਵਿੱਚ ਚੱਲਿਆ ਉਧਰਲੇ ਪਾਸੋਂ ਮਲਕ ਨਿਕਲਿਆ ਫਿਰ ਅਬੂ ਬਕਰ ਨਿਕਲਿਆ ਨਾਲ ਚੰਬੜਦਾ ਪਿਆ ਫਿਰ ਇੱਕ ਵਾਰੀ ਕੱਟਾਂ ਵੱਜਦੀਆਂ ਪਈਆਂ ਨੰਬਰ ਹੋ ਗਿਆ ਕਸਾਈ ਦਾ ਲੋ ਫਿਰ ਕਬੱਡੀ ਫਿਰ ਇਧਰਲੇ ਪਾਸੋ ਉਹ ਮੁੰਡਾ ਕਬੱਡੀ ਦੇ ਉੱਪਰ ਤਿਆਰ ਹੈ ਉਹ ਕਬੱਡੀ ਪੈਂਦੀ ਹੋਈ ਹੈ ਉਹ ਭਾਨੀ ਦੀ ਕਬੱਡੀ ਹੈ ਸੋਹਣਾ ਪ੍ਰੈਸ ਕਰਦਾ ਨੰਬਰ ਹੋ ਗਿਆ ਰੇਡਰ ਦੇ ਖਾਤੇ ਲੋ ਕਬੱਡੀ ਇਧਰਲੇ ਪਾਸੋ ਮੁੰਡਾ ਫਿਰ ਤਿਆਰ ਹੈ ਮੈਦਾਨ ਦੇ ਵਿੱਚ ਲੋ ਕਿਹੜਾ ਮੁੰਡਾ ਡੱਕ ਲੈਣ ਦੀ ਕਰਦਾ ਕੋਸ਼ਿਸ਼ ਚਾਹਾਂ ਜਾਫੀਆਂ ਦੇ ਵਿੱਚੋਂ ਇਧਰੋਂ ਟੀਪੂ ਭੱਟੀ ਉਹ ਕਿਹੜਾ ਮੁੰਡਾ ਸਵਾਰੀ ਕਰਦਾ ਸਕਲੈਨ ਭੱਟੀ ਦਾ ਭਤੀਜਾ ਉਹ ਕਹਿੰਦੇ ਟੀਪੂ ਭੱਟੀ ਹੈ ਇਧਰਲੇ ਪਾਸੇ ਭੱਟੀ ਉਹ ਜਾਂਦਾ ਫਿਰ ਇਸ ਨੇ ਭੋਰਾ ਲਿਫਟ ਨਹੀਂ ਕਰਾਈ ਮੁੰਡੇ ਨੇ ਨੰਬਰ ਰੇਡਰ ਦਾ ਕਬੱਡੀ ਪਾਉਣ ਵਾਸਤੇ ਮੁੰਡਾ ਫਿਰ ਇਧਰਲੇ ਪਾਸੋ ਤਿਆਰ ਆ ਮੁੰਡਾ ਕਬੱਡੀ ਦੀ ਤਿਆਰੀ ਦੇ ਵਿੱਚ ਹੈ ਸਤਾਦਾਂ ਦੀ ਪੂਰੀ ਸੇਵਾ ਕਰਦਾ ਲਓ ਇਸ ਟਾਈਮ ਮੁੰਡਾ ਨਿਕਲ ਕੇ ਫਿਰ ਡੱਕਦਾ ਉਹ ਜੱਫਾ ਪਾਉਂਦਾ ਲੱਕ ਭਰਦਾ ਕਿਤੇ ਬਗਲ ਕਿਤੇ ਫਿਰ ਬਿਸਤਰਾ ਪਾਉਂਦਾ ਇਧਰਲੇ ਪਾਸੋ ਨੰਬਰ ਫਿਰ ਰੇਡਰ ਦਾ ਨੰਬਰ ਹੋਇਆ ਰੇਡਰ ਦੇ ਖਾਤੇ ਚੱਲ ਵੀ ਸ਼ੇਰਾ ਪਾ ਕਬੱਡੀ ਉਹ ਮਦਸਰ ਸਾਂਭਲ ਆ ਗਿਆ ਉਹ ਮਦਸਰ ਸਾਂਭਲ
ਪਾ ਕਬੱਡੀ ਕਹਿੰਦਾ ਮਿੱਟੀ ਮੱਲ ਕੇ ਖਾੜੇ ਦੀ ਗੋੜ ਖਾੜਾ ਘਰ ਔਖਾ ਗੁਜ਼ਾਰਾ ਤੇ ਤਾਂ ਕੀਏ ਸੁੱਕੀ ਰੋਟੀ ਦਾ ਜ਼ੋਰ ਸੰਭਾਲ ਲਾ ਉਹ ਘਰ ਨਹੀਂ ਲਿਆਰਾ ਤੇ ਤਾਂ ਕੀਏ ਆ ਵੀ ਘੱਟ ਕਰਾਈ ਹੈ ਆ ਸਭ ਨੰਬਰ ਨੰਬਰ ਰੇਡਰ ਦੇ ਖਾਤੇ ਆ ਛੋਟਾ ਮੱਛੋ ਲੱਗਿਆ ਨੰਬਰ ਰੇਡਰ ਦਾ ਲੈ ਇਧਰਲੇ ਪਾਸੇ ਕਬੱਡੀ ਫਿਰ ਪੈਂਦਾ ਪਿਆ ਮੁੰਡਾ ਚੱਲ ਵੀ ਸ਼ੇਰਾ ਪਾ ਕਬੱਡੀ ਅਲੀ ਦੀ ਕਬੱਡੀ ਆ ਇਧਰ ਅਲੀ ਪਾਉਂਦਾ ਪਿਆ ਕਬੱਡੀ ਖੇਡਦਾ ਕਬੱਡੀ ਉੱਤੋਂ ਹੱਥ ਕਰੀ ਜਾਂਦਾ ਏ ਉਹ ਆਪਣੇ ਸਰੀਰ ਨਾਲੋਂ ਉਹ ਵੱਧ ਕਰੀ ਜਾਂਦਾ ਏ ਉਹ ਵੱਧੀ ਕਰੀ ਜਾਂਦਾ ਏ ਉਹ ਵੱਧ ਕਰੀ ਜਾਂਦਾ ਮੌਕਾ ਹੀ ਨਹੀਂ ਦਿੰਦਾ ਲੱਕ ਭਰ ਲਿਆ ਮੁੰਡੇ ਨੇ ਔਰ ਹੱਦੇ ਲੱਗੇ ਆ ਟੱਚ ਮਾਰਿਆ ਇਸ ਟਾਈਮ ਨੰਬਰ ਹੋ ਗਿਆ ਜੀ ਰੇਡਰ ਦੇ ਖਾਤੇ ਨੰਬਰ ਰੇਡਰ ਆਖਰੀ ਕਬੱਡੀਆਂ ਚੱਲਦੀਆਂ ਭਰਾ ਜੀ ਸਕੋਰ ਦੱਸ ਦਿਓ ਜਰਾ ਇੱਕ ਵਾਰੀ ਅੱਲਾ ਦੇ ਉੱਤੇ ਕਸਾਈ ਦੀ ਕਬੱਡੀ ਫੇਰ ਪੈਂਦੀ ਆ ਲਓ ਅੱਲਾ ਦੇ ਤਾਂ ਕਸਾਈ ਫਿਰ ਮੈਦਾਨ ਦੇ ਵਿੱਚ ਇਸ ਟਾਈਮ ਬੋਲਦਾ ਹਤਾਵਾ ਦੋ ਨੰਬਰ ਦੇ ਵਿੱਚੋਂ ਨਿਕਲ ਕੇ ਚਿਪੜਿਆ ਨਾਲ ਮੁੰਡਾ ਛੋਟਾ ਮੱਛੋ ਲੇਕਿਨ ਇੱਧਰ ਨੰਬਰ ਫਿਰ ਸਾਈ ਦਾ ਕਬੱਡੀ ਪਾਉਣ ਵਾਸਤੇ ਮੁੰਡਾ ਆ ਗਿਆ ਮੈਦਾਨ ਦੇ ਵਿੱਚ ਇਸ ਟਾਈਮ ਭੱਟੀਆਂ ਦਾ ਪੁੱਤ ਫਿਰ ਕਬੱਡੀ ਪਾ ਰਿਹਾ ਲਓ ਚਾਹਾਂ ਜਾਫੀਆਂ ਦੇ ਵਿੱਚੋਂ ਕਿਹੜਾ ਮੁੰਡਾ ਡੱਕਦਾ ਚਾਰਾਂ ਜਾਫੀਆਂ ਦੇ ਵਿੱਚੋਂ ਖੱਬੇ ਕਰਾਸ ਤੋਂ ਮੁੰਡਾ ਸੈਫ ਬੱਟ ਉਹ ਸੈਫ ਬੱਟ ਇਧਰਲੇ ਪਾਸੇ ਨੰਬਰ ਰੇਡਰ ਦੇ ਖਾਤੇ ਆ ਬਾਈ ਜੀ ਕਬੱਡੀ ਫਿਰ ਪਾਉਣ ਵਾਸਤੇ ਟੀਪੂ ਚੱਲ ਵੀ ਟੀਪੂ ਪਾ ਕਬੱਡੀ ਲੋ ਇਧਰਲੇ ਪਾਸੇ ਬਾਮਣੀ ਵਾਲੇ ਉਸਤਾਦ ਹਾਸ਼ਮ ਗੱਗੀ ਦੀ ਵਿਸਲ ਦੱਸਦੀ ਕਿ ਨੰਬਰ ਫਿਰ ਰੇਡਰ ਦਾ ਹੋਇਆ ਲੋ ਕਬੱਡੀ ਪਾਉਂਦਾ ਪਿਆ ਮੁੰਡਾ ਅਲੀ ਫਿਰ ਕਬੱਡੀ ਪਾ ਰਿਹਾ ਉਧਰਲੇ ਪਾਸੋਂ ਕਿਹੜਾ ਮੁੰਡਾ ਚੱਪੜਿਆ ਉਹ ਕਿਹੜਾ ਰੱਤੀਆਂ ਦਾ ਇਹ ਨੌਜਵਾਨ ਜਿਹੜਾ ਟੱਕੀ ਜਾ ਰਿਹਾ ਸੈਫ ਬੱਟ ਲੱਕ ਭਰ ਲਿਆ ਕੁੰਜ ਲਿਆ ਕਹਿੰਦਾ ਜਾਪ ਲੈਣ ਚ ਖੜਾ ਇੰਜ ਲੱਗਦਾ ਫੁੱਲਾਂ ਵਿੱਚ ਜੋ ਫੁੱਲ ਗੁਲਾਬ ਹੋਵੇ ਪਰ ਇਸ ਵਾਰੀ ਰੇਡਰ ਧੱਕ ਕੇ ਲੈ ਗਿਆ ਬਾਈ ਧੱਕ ਕੇ ਲੈ ਗਿਆ ਇਸ ਟਾਈਮ ਰੇਡ ਪਾਉਂਦਾ ਪਿਆ ਮਦਸਰ ਸਾਂਭਲ ਖੇਡ ਮੈਦਾਨ ਦੇ ਵਿੱਚ ਫਿਰ ਇੱਕ ਵਾਰੀ ਬੋਲਦਾ ਹਤਾਵਾ ਚੱਲ ਬਈ ਆਕਲ ਖੜੋਤਾ ਮਰੇ ਆਕਲ ਪੀਰ ਵਾਲਾ ਸਦਕੇ ਆਕਲ ਪੀਰ ਵਾਲਾ ਮੁੰਡਾ ਮਦਸਰ ਸਾਂਭਲ ਲਓ ਉਧਰਲੇ ਪਾਸੇ ਮਲਕ ਅਬੂ ਬਕਰ ਹੋਇਆ ਮੁਰੇ ਨੰਬਰ ਹੋ ਗਿਆ ਜੀ ਰੇਡਰ ਦੇ ਖਾਤੇ ਲਓ ਕਬੱਡੀ ਫਿਰ ਇੱਕ ਵਾਰੀ ਚੱਲਦੀ ਖੇਡ ਮੈਦਾਨ ਦੇ ਵਿੱਚ ਅੱਜ ਦੇ ਸਾਡੇ ਇੰਟਰਨੈਸ਼ਨਲ ਮੈਚ ਰੈਫਰੀ ਉਸਤਾਦ ਅੱਛੂ ਸਾਹਿਬ 188 ਨਲਿਆਂ ਵਾਲੇ ਤੋਂ ਉਸਤਾਦ ਪ੍ਰੋਫੈਸਰ ਸ਼ਨਾਵਰ ਸਾਹਿਬ ਔਰ ਉਸਤਾਦ ਕਹਿੰਦੇ ਹਾਸ਼ਮ ਗੱਗੀ ਤੇ ਉਸਤਾਦ ਛਾਦਾ ਘਮਿਆਰ 34 ਕਿੱਲਿਆਂ ਵਾਲੀ ਦੁਨੀਆਂ ਜਾਣਦੀ ਆ ਛਾਦੇ ਨੂੰ ਦੁਨੀਆਂ ਜਾਣਦੀ ਆ ਬਾਕੀ ਛਾਦਾ ਨਹੀਂ ਜਾਣਦਾ ਕਿਸੇ ਨੂੰ ਵੀ ਕੁਛ ਲਓ ਉਧਰਲੇ ਪਾਸੇ ਫਿਰ ਕਬੱਡੀ ਪੈਂਦੀ ਅੱਲਾ ਦਿੱਤੇ ਕਸਾਈ ਦੀ ਅੱਲਾ ਦਿੱਤੇ ਕਸਾਈ ਦੀ ਪੈਂਦੀ ਰੇਡ ਡਬਲ ਟੱਚ ਦੀ ਮੰਗ ਆ ਕੋਈ ਟੈਕਨੀਕਲ ਫੈਸਲਾ ਬਣਦਾ ਹਾਸ਼ਮ ਗੱਗੀ ਕਹਿੰਦਾ ਫਿਰ ਰੇਡਰ ਦਾ ਨੰਬਰ ਹੋਇਆ ਜਾਫੀਆਂ ਨੇ ਡਬਲ ਟੱਚ ਮਾਰਿਆ ਸੀ ਮੈਚ ਗਿਆ ਮੁੱਕ ਸਕੋਰ ਸੁਣ ਲਓ ਭਰਾ ਜੀ ਇਹਦੇ ਨਾਲ ਹੀ ਜਿਹੜਾ ਕਿ ਸਕੋਰ ਆਪਾਂ ਦੱਸ ਦਈਏ ਅੱਜ ਦੇ ਦੂਸਰੇ ਸੈਮੀ ਫਾਈਨਲ ਦੇ ਆਪਣੇ ਸਕੋਰ ਹੋਇਆ ਮਲਕ ਕਬੱਡੀ ਕਲੱਬ ਦੇ 30 ਪੁਆਇੰਟ ਆ ਜੀ ਮਲਕ ਬਿਨਿਆਮੀਨ ਕਬੱਡੀ ਕਲੱਬ ਔਰ ਰੱਤੀਆਂ ਦੇ ਪੁਆਇੰਟ ਹੈਗੇ 38 ਔਰ ਇਹਦੇ ਨਾਲ ਹੀ ਮੈਚ ਗਿਆ ਮੁੱਕ ਸੋਹਣੇ ਰੱਬ ਦੇ ਹਵਾਲੇ ਸੁਬਾ ਇਨਸ਼ਾਅੱਲਾ ਜੀਂਦੇ ਰਹੇ ਤੇ ਮੁਲਾਕਾਤਾਂ ਹੋਣਗੀਆਂ ਭਾਈ ਅਜ਼ੀਮ ਚੱਠੇ ਦੇ ਪਿੰਡ ਦੇ ਵਿੱਚ ਫਾਈਨਲ ਭੇੜ ਹੋਊਗਾ ਸਾਨਾ ਦੇ ਭੇੜ ਪੈਣੇ ਆ ਲੱਖ ਲੱਖ ਦੀ ਰੇਡ ਹੋਣੀ ਹੈ ਔਰ ਇਨਸ਼ਾਅੱਲਾ ਚੌਧਰੀ ਵਸੀਮ ਅਕਰਮ ਚੱਠਾ ਸਾਹਿਬ ਚੌਰੀ ਮੁਹੰਮਦ ਅਕਰਮ ਚੱਠਾ ਸਾਹਿਬ ਸਾਡੇ ਹੋਣਗੇ ਮਹਿਮਾਨ ਖਸੂਸੀ ਔਰ ਪੰਜਾਬ